ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵਾਲਾ ਦਿਨ ਹੈ ਔਰ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੌਰਾਨ ਲੱਖਾਂ ਸੰਗਤਾਂ ਜਿਹੜੀਆਂ ਨੇ ਬਟਾਲੇ ਦੀ ਧਰਤੀ 'ਤੇ ਪਹੁੰਚਦੀਆਂ ਨੇ ਔਰ ਇੱਥੇ ਜੋ ਹੈ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਪਕਵਾਨ ਲੱਗਦੇ ਨੇ, ਪਰ ਜਿਹੜਾ ਲੰਗਰ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਇੱਕ ਵੱਖਰਾ ਅਤੇ ਨਵੇਕਲਾ ਜੋ ਹੈ ਉਹ ਲੰਗਰ ਹੈ। ਇਹ ਲੰਗਰ ਹੈ ਦਸਤਾਰਾਂ ਦਾ ਲੰਗਰ ਇੱਥੇ ਲੱਗਦਾ ਹੈ ਹਰ ਸਾਲ ਔਰ ਨੌਜਵਾਨ ਜੋ ਹੈ ਉਹ ਸ਼ਾਨੇ ਦਸਤਾਰ ਦੇ ਬੈਨਰ ਥੱਲੇ ਇਹ ਲੰਗਰ ਲਾਉਂਦੇ ਨੇ ਔਰ ਸੈਂਕੜੇ ਲੋਕਾਂ ਨੂੰ ਇਸ ਲੰਗਰ ਦਾ ਨਾਲ ਜੋੜਦੇ ਆ ਔਰ ਦਸਤਾਰ ਬੰਨ ਕੇ ਦਿੰਦੇ ਆ ਔਰ ਫ੍ਰੀ ਵੀ ਦਸਤਾਰਾਂ ਇਹਨਾਂ ਨੂੰ ਦਿੰਦੇ ਆ। ਗੱਲਬਾਤ ਕਰ ਲਾਂਗੇ ਇਸ ਜੋ ਸੰਸਥਾ ਹੈ ਉਸਦੇ ਸਰਪ੍ਰਸਤ ਸਾਡੇ ਨਾਲ ਮੌਜੂਦ ਆ, ਪਹਿਲਾਂ ਗੱਲਬਾਤ ਕਰ ਲੈਂਦੇ ਉਹਨਾਂ ਨਾਲ। ਕੀ ਨਾਮ ਆ ਜੀ? ਦੱਸ ਦਿੰਦਾ ਜੀ, ਪ੍ਰੀਤਪਾਲ ਸਿੰਘ ਆ ਜੀ। ਪ੍ਰੀਤਪਾਲ ਸਿੰਘ ਜੀ, ਇਹ ਕਦੋਂ ਉਪਰਾਲਾ ਸ਼ੁਰੂ ਕੀਤਾ ਔਰ ਸੋਚ ਕੀ ਆਈ? ਸਾਡੀ ਸੋਚ ਹੈ ਜੀ ਕਿ ਜਿਹੜੇ ਸਿੱਖੀ ਤੋਂ ਨੌਜਵਾਨ ਪਤਿਤ ਹੋ ਚੁੱਕੇ ਨੇ, ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੇ ਨੇ, ਉਹਨਾਂ ਨੌਜਵਾਨਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਜਾਵੇ। ਸਿੱਖੀ ਦੇ ਨਾਲ ਜੋੜਨ ਲਈ ਦਸਤਾਰ ਦੇ ਨਾਲ ਜੋੜਨ ਲਈ ਪਿਛਲੇ 8-9 ਸਾਲਾਂ ਤੋਂ ਸ਼ਾਨੇ ਦਸਤਾਰ ਦੀ ਸੰਸਥਾ ਜਿਹੜੀ ਸਾਡੀ ਇਹ ਕੰਮ ਕਰ ਰਹੀ ਹੈ ਪੂਰੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ਲੱਖਾਂ ਸੰਗਤਾਂ ਅੱਜ ਦੇ ਦਿਨ ਇੱਥੇ ਆਉਂਦੀਆਂ ਨੇ, ਲੱਖਾਂ ਸੰਗਤਾਂ ਦੇ ਲੰਗਰਾਂ ਦੇ ਪ੍ਰਬੰਧ ਬਹੁਤ ਨੇ, ਹਰ ਤਰ੍ਹਾਂ ਦਾ ਸਵਾਦਿਸ਼ਟ ਤੋਂ ਸਵਾਦਿਸ਼ਟ ਅਤੇ ਮਹਿੰਗੇ ਤੋਂ ਮਹਿੰਗਾ ਪਕਵਾਨ ਇੱਥੇ ਮਿਲਦਾ, ਪਰ ਜਿਹੜੇ ਚੀਜ਼ ਦਾ ਤੁਸੀਂ ਲੰਗਰ ਲਾਤਾ ਕਹਿੰਦੇ ਇਹਦਾ ਮੁੱਲ ਹੀ ਕੋਈ ਨਹੀਂ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜੀ, ਦਸਤਾਰ ਦਾ ਮੁੱਲ ਕੋਈ ਨਹੀਂ ਦੇ ਸਕਦਾ, ਇਹ ਗੁਰੂ ਦੀ ਅਪਾਰ ਕਿਰਪਾ ਦੇ ਨਾਲ ਹੀ ਦਸਤਾਰਾਂ ਦੇ ਲੰਗਰ ਸਾਰਿਆਂ ਦੇ ਸਹਿਯੋਗ ਦੇ ਨਾਲ ਟੀਮ ਚਲਾ ਰਹੀ ਹੈ। ਸਾਡੀ ਕੋਸ਼ਿਸ਼ ਇਹ ਹੈ ਕਿ ਉਹ ਨੌਜਵਾਨ ਜਿਹਨਾਂ ਨੂੰ ਦਸਤਾਰਾਂ ਦੇ ਰਹੇ ਉਹ ਪ੍ਰਣ ਕਰਕੇ ਜਾਣ, ਗੁਰੂ ਸਾਹਿਬ ਦੀ ਹਜ਼ੂਰੀ ਨੂੰ ਮੰਨ ਕੇ ਜਾਣ ਕਿ ਅਸੀਂ ਦਸਤਾਰ ਅੱਗੇ ਤੋਂ ਸਜਾਵਾਂਗੇ, ਸਿੱਖੀ ਤੋਂ ਪਤਿਤ ਨਹੀਂ ਹੋਵਾਂਗੇ, ਇਸ ਲਈ ਦਸਤਾਰਾਂ ਦੇ ਲੰਗਰ ਜਿਹੜੇ ਲਗਾਏ ਗਏ ਨੇ। ਜਿਹੜੇ ਦਸਤਾਰਾਂ ਦੇ ਲੰਗਰ ਪਿਛਲੇ ਸਮੇਂ ਤੋਂ ਲਗਾ ਰਹੇ ਹੋ ਸਹਾਈ ਹੋ ਰਹੇ ਆ, ਲੋਕ ਅਪਣਾ ਰਹੇ ਆ, ਜਿਹੜੇ ਇੱਕ ਵਾਰੀ ਤੁਹਾਡੇ ਕੋਲ ਪੱਗ ਲੈ ਜਾਂਦਾ ਉਹ ਦੁਬਾਰਾ ਸਜਾਉਂਦਾ? ਜ਼ਰੂਰ ਜੀ, ਤੁਹਾਨੂੰ ਇੱਥੇ ਹੀ ਦਿਖਾਵਾਂਗੇ ਜੀ। ਸਾਡੇ ਘੱਟੋ ਘੱਟ ਪਿਛਲੀ ਵਾਰੀ 15 ਬੱਚੇ ਨੇ ਜਿਹੜੇ ਨਾਂ ਲਿਖਾ ਕੇ ਗਏ ਹੋਏ ਨੇ ਔਰ ਜਿਨ੍ਹਾਂ ਨੇ ਕੇਸ ਨਹੀਂ ਕਟਾਏ ਔਰ ਦਾੜਾ ਪ੍ਰਕਾਸ਼ ਕੀਤਾ, ਔਰ ਉਹ ਸਾਨੂੰ ਉਦੋਂ ਬਹੁਤ ਜ਼ਿਆਦਾ ਚਾਅ ਚੜ੍ਹਦਾ ਹੈ ਕਿ ਜਦੋਂ ਬੱਚੇ ਦਸਤਾਰ ਬੰਨ ਕੇ ਦਾੜੀ ਰੱਖ ਕੇ ਆਉਂਦੇ ਔਰ ਨਾਂ ਲਿਖਾ ਕੇ ਜਾਂਦੇ ਆ ਕਿ ਪਿਛਲੇ ਸਾਲ ਇਸੇ ਸਟੇਜ ਤੋਂ ਪੱਗ ਦਿੱਤੀ ਸੀ, ਅਸੀਂ ਉਹ ਅੱਜ ਤੱਕ ਸਾਂਭ ਕੇ ਰੱਖੀ ਆ, ਫਿਰ ਹੋਰ ਜੋਸ਼ ਆ ਜਾਂਦਾ ਵੀ ਅਗਲੇ ਸਾਲ ਇਹ ਤੋਂ ਵੱਡਾ ਪ੍ਰੋਗਰਾਮ ਕੀਤਾ ਜਾਊਗਾ ਔਰ ਦਸਤਾਰਾਂ ਸ਼ਾਮਾਂ ਤੱਕ ਮੁੱਕਣ ਨਹੀਂ ਦਿੱਤੀਆਂ ਜਾਣਗੀਆਂ, ਜਿੰਨੀਆਂ ਹੋ ਸਕਣਗੀਆਂ ਉਨੀਆਂ ਫ੍ਰੀ ਦਸਤਾਰਾਂ ਦਿੱਤੀਆਂ ਜਾਣਗੀਆਂ। ਬਿਲਕੁਲ, ਲੰਗਰ ਵਾਹ ਕਹਿੰਦਾ ਜਿਹੜਾ ਆਵੇ ਉਹ ਪ੍ਰਣ ਕਰੇ ਪਹਿਲਾਂ ਕਿ ਸਿੱਖੀ ਦੇ ਨਾਲ ਜੁੜੇਗਾ, ਉਹ ਦਸਤਾਰ ਸਜਾਉਣਾ ਬੰਦ ਨਹੀਂ ਕਰੇਗਾ ਅਤੇ ਦਸਤਾਰਾਂ ਦਾ ਕਹਿੰਦੇ ਕੋਈ ਘਾਟਾ ਨਹੀਂ। ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਤੁਸੀਂ ਆਪਣੇ ਨਾਲ ਜੋੜਦੇ ਪਏ ਹੋ, ਪਿਛਲੀ ਵਾਰੀ ਕਿੰਨੇ ਕੁ ਜਿਹੜੀ ਸੀ ਨੌਜਵਾਨਾਂ ਨੂੰ ਇਹ ਲੰਗਰ ਦਿੱਤਾ ਦਸਤਾਰਾਂ ਦਾ ਔਰ ਇਸ ਵਾਰ ਕੀ ਸੋਚਿਆ? ਪਿਛਲੀ ਵਾਰੀ ਆਪਾਂ ਕੋਈ ਲਗਭਗ 550 ਪੱਗਾਂ ਆਪਾਂ ਇਹ ਡੋਨੇਟ ਕੀਤੀਆਂ ਸੀਗੀਆਂ ਅਤੇ ਇਸ ਟਾਈਮ ਅਸੀਂ ਸੋਚਿਆ, ਟਾਰਗੇਟ ਅਸੀਂ ਰੱਖਿਆ 800 ਤੋਂ 1000, ਬਾਕੀ ਅਸੀਂ ਦੇਖਾਂਗੇ ਜੇ ਮੁੱਕਦੀਆਂ ਆਉਣਗੀਆਂ ਅਸੀਂ ਫਿਰ ਉਸੇ ਵੇਲੇ ਲੈ ਆਵਾਂਗੇ। ਬਿਲਕੁਲ, ਸੈਂਕੜੇ ਲੋਕਾਂ ਨੂੰ ਦਸਤਾਰ ਸਜਾ ਰਿਹਾ ਹੈ ਇਹ ਸ਼ਾਨੇ ਦਸਤਾਰ ਪ੍ਰੋਗਰਾਮ। ਸਾਡੇ ਨਾਲ ਇੱਕ ਬੱਚਾ ਮੌਜੂਦ ਆ, ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਕੀ ਨਾਮ ਆ ਜੀ? ਲਕਸ਼ਦੀਪ। ਅਰਸ਼ਦੀਪ, ਅੱਜ ਤੁਸੀਂ ਦਸਤਾਰ ਸਜਾਉਣ ਆਏ ਹੋ, ਇਹ ਹੁਣ ਪੱਕੀ ਸਜਾਇਆ ਕਰੋਗੇ? ਯੈਸ। ਅੱਜ ਫਿਰ ਕਿਤਨਾ ਮਨ ਬਣ ਗਿਆ ਦਸਤਾਰ ਸਜਾਉਣ ਦਾ? ਸੋਹਣੀ ਲੱਗਦੀ ਵੀ? ਯੈਸ। ਕਹਿੰਦਾ ਕਿ ਪੱਕੀ ਦਸਤਾਰ ਸਜਾਇਆ ਕਰਾਂਗੇ, ਬੱਚਾ ਵਾ ਛੋਟਾ ਪਰ ਫਿਰ ਵੀ ਚਾਹ ਹੈ ਉਸਦੇ ਅੰਦਰ ਦਸਤਾਰ ਸਜਾਉਣ ਦਾ। ਚੰਗਾ ਨਵੇਕਲਾ ਉਪਰਾਲਾ ਹੈ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਦਾ। ਕੈਮਰਾਮੈਨ ਬੰਟੀ ਦੇ ਨਾਲ ਨਿਤਿਨ ਲੂਥਰਾ, ਬਟਾਲਾ।